ਲਓ ਜੀ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਤੁਹਾਨੂੰ ਅੱਜ ਗਰੋਥ ਦਿਖਾਉਣੀ ਆ ਦੋ ਬੀਜਾਂ ਦੀ ਆਹ ਬੀਜ ਦੇਖ ਲਓ ਜਿਹੜਾ ਕੀ ਕਰਨਾਲ 777 ਆ ਇੱਕ ਰੇਪ ਪੈ ਚੁੱਕਿਆ ਸਿੰਗਲ ਜੂਰੀਆ 45 ਕਿਲੋ ਪ੍ਰਤੀ ਏਕੜ ਦਾ ਹੋਰ ਆਪਾਂ ਨੇ ਕੁਝ ਨਹੀਂ ਪਾਇਆ ਤਕਰੀਬਨ ਤਕਰੀਬਨ ਇਦੇ ਵਿੱਚ ਹੁਣ ਅੱਜ ਜਾਂ ਕੱਲ ਦੇ ਵਿੱਚ ਵਿੱਚ ਜ਼ਿੰਕ ਦੇ ਨਾਲ ਆਪਾਂ ਨੇ ਜੋੜੀਆਂ ਫੇਰ ਰਿਪੀਟ ਕਰਾਂਗੇ ਸਿਰਫ ਆਪਾਂ ਨੇ ਜ਼ਿੰਕ ਪਾਉਣੀ ਹੈ ਇੱਕ ਉਹ ਵੀ ਪਾਉਣੀ ਆ 9-10 ਕਿਲੋ 33% ਵਾਲੀ ਹੋਰ ਕੁਝ ਨਹੀਂ ਐਡ ਕਰਨਾ ਇਹਦੇ ਨਾਲ ਬਸ ਇਹੀ ਚੀਜ਼ ਪਾਵਾਂਗੇ ਸਾਰੇ ਖੇਤਾਂ ਦੇ ਵਿੱਚ ਇਹ ਕਿਸਮ ਹੁਣ ਤੱਕਰ ਗ੍ਰੋਥ ਬਹੁਤ ਜ਼ਿਆਦਾ ਕਰਦੀ ਆ ਹਾਈ ਟੈਰ ਮੰਨ ਕੇ ਚੱਲੋ ਕਿ ਦੂਜੀਆਂ ਵੈਰੈਟੀਆਂ ਨਾਲੋਂ ਉੱਪਰ ਨੂੰ ਬਹੁਤ ਜ਼ਿਆਦਾ ਜਾ ਰਹੀ ਆ ਥੱਲੇ ਨੂੰ ਨਹੀਂ ਕਿ ਆਏ ਆ ਕਿ ਜੂਰੀਆ ਲੇਟ ਹੋ ਗਿਆ ਕਿ ਉੱਠੀਓ ਖੜੀ ਆ ਨਹੀਂ ਜੇ ਜੂਰੀਆ ਤਾਂ ਵੀ ਲੇਟ ਵੀ ਹੋ ਗਿਆ ਤਾਂ ਵੀ ਇਹ ਵਧੀਆ ਗ੍ਰੋਥ ਕਰਦੀ ਆ ਠੀਕ ਆ ਜੀ ਇਹਦੀ ਤੁਹਾਨੂੰ ਲਵਾਈ ਮੈਂ ਦੱਸਦਾ ਹਾਂ ਇਹ ਤਕਰੀਬਨ 5 6 ਤਰੀਕ ਦੀ ਲੱਗੀ ਵੀ ਆ ਅੱਜ 20 ਤਰੀਕ ਹੋ ਗਈ ਤਕਰੀਬਨ ਮੰਨ ਕੇ ਚੱਲੋ ਵੀ 15 ਦਿਨ ਦੇ ਦੋਹੇ ਖੇਤਾਂ ਸਵਾ ਦੋ ਕਿੱਲਾਂ ਦੇ ਜਿਹੜਾ ਕਿ ਕਰਨਾਲ ਸੀਡ ਵਾਲਿਆਂ ਦਾ 777 ਦਿਨੇ ਉਹੀ 26 ਜਿੰਨੇ ਲੰਦਾ ਆਪਾਂ ਨੇ ਸਾਰੀਆਂ ਵੈਰਾਈਟੀਆਂ ਸ਼ਾਰਟ ਟਰਮ ਵਾਲੀਆਂ ਲਏ ਵੀ ਆ ਬਸ ਕੋਈ ਲੌਂਗ ਟਰਮ ਵਾਲੀ ਕੋਈ ਵੈਰਾਈਟੀ ਨਹੀਂ ਲਾਈ ਉਸ ਤੋਂ ਬਾਅਦ ਇੱਕ ਬੀਜ ਉਹਦਾ ਹੋਰ ਚਾਨਣਾ ਪਾਉਣਾ ਆਪਾਂ ਨੇ ਜਿਹੜਾ ਕਿ ਆਪਾਂ ਨੇ ਲਾਇਆ ਵਪਾਰਾਂ ਉਹੋ ਸਭਾ ਕੰਪਨੀ ਚ ਲਾਇਆ ਉਹਦੀ ਗਰੋਥ ਦੇਖਿਓ ਉਹੋ ਹਾਈਟ ਨਹੀਂ ਵੱਧ ਕਰਦਾ ਉਹ ਬੁੱਝਾ ਵੱਧ ਕਰਦਾ 29 ਤਰੀਕ ਦੀ ਆਪਾਂ ਨੇ ਉਹ ਕਰੀ ਸੀ ਹਨਾ ਪਨੀਰੀ ਪੱਟ ਕੇ ਲਾਈ ਸੀ ਉਹ ਵੀ ਆਪਣੇ 2 ਕੀਲੇ ਆ ਇੱਕ ਬੀਜ ਆਪਾਂ ਨੇ ਕੱਲ ਲਾਇਆ ਦਵੰਗ 55 ਉਹ ਵੀ 26 ਕਿ ਜਿੰਨਾ ਟਾਈਮ ਲੰਦਾ 26 ਦੇ ਵੀ ਆਪਣੇ ਕੋਲ 6 ਕਿਲੇ ਹੋ ਗਏ PR 126 ਦੇ ਬਾਕੀ ਆ ਹੋ ਗਏ ਆ ਪੰਜ ਕਨਾਲਾਂ ਦਵੰਗ 55 ਦੀਆਂ 2 ਕਿਲੇ ਸਵਾ 7301 ਦੇ ਤੇ ਸਵਾ 2 ਕਿਲੇ ਆਪਣੇ ਹੋ ਗਏ 777 ਦੇ ਇਹ 12 ਕਿਲੋ ਬੀਜ ਦੇ ਨਾਲ ਸਵਾ 2 ਕਿਲੇ ਲੱਗ ਗਏ 770 ਦੇ ਤੇ 9 ਕਿਲੋ ਬੀਜ ਨਾਲ 2 ਕਿਲੇ ਲੱਗੇ ਆ 77301 ਦੇ ਜਿਹੜੇ ਕਿ ਮੈਨੂੰ 2 ਕਿਲਿਓ ਸੀਡ ਕੱਲਾ ਸੀਡ ਹਨਾ ਕੱਲੀ ਪਨੀਰੀ ਪਨੀਰੀ ਉਹ 5000 ਦੀ ਪੈ ਗਈ ਕਿਉਂਕਿ 525 ਰੁਪਏ ਕਿਲੋ ਆਪਣਾ ਬੀਜ ਬੈਠਾ 525 ਰੁਪਏ ਠੀਕ ਹੈ ਜੀ ਬਹੁਤ ਜ਼ਿਆਦਾ ਮਹਿੰਗਾ ਬੀਜ ਆ ਤੇ ਹੁਣ ਤੱਕ ਐ ਲੱਗਦਾ ਕਿ ਵਧੀਆ ਗਰੋਥ ਹੋ ਰਹੀ ਆ ਕਿ ਜਿਹੜੇ ਹਿਸਾਬ ਨਾਲ ਇਹਦੇ ਵਿੱਚ ਰੇ ਪਾਏ ਆ ਇਹਦੇ ਵਿੱਚ ਜ਼ਿੰਕ 9 ਕਿਲੋ ਪਾਈ ਆਪਾਂ ਨੇ ਠੀਕ ਆ ਜੀ ਤੇ ਜੂਰੀਆ ਪਾਇਆ ਬਸ ਦੇਖੋ ਗਰੋਥ ਠੀਕ ਆ ਜੀ ਤੇ ਜੜਾਂ ਜਿਹੜੀਆਂ ਲਾਲ ਰਹਿਣੀਆਂ ਇਹਦੀਆਂ ਜੜਾਂ ਪੂਰੀਆਂ ਲਾਲਾਂ ਤੁਹਾਨੂੰ ਦਿਖਾ ਵੀ ਦਿੰਨਾ ਠੀਕ ਹੈ ਜੀ ਇਹ 29 ਤਰੀਕ ਦੀ ਬਜਾਂ ਤਾਂ ਆਪਣੀ ਠੀਕ ਹੈ ਪਨੀਰੀ ਆਪਾਂ ਨੇ ਪੱਟ ਕੇ ਲਾਈ ਤੀ 29 ਤਰੀਕ ਦੀ ਆ ਕੀਲੇ 7 ਕਨਾਲਾਂ 9 ਕਨਾਲਾਂ ਉਹ ਹੋਣਗੇ ਦੋ ਕੀਲੇ ਆ ਠੀਕ ਹੈ ਜੀ ਹੁਣ ਜੂਰੀਆ ਪਾਵਾਂਗੇ ਇਹਦੇ ਚ 9 ਕਿਲੋ ਜ਼ਿੰਕ 33% ਉਹ ਵੀ ਕੋਈ ਬਾਇਓ ਨਹੀਂ ਕੋਈ ਹੋਰ ਨਹੀਂ ਕੁਝ ਪਾਇਆ ਕਿਉਂਕਿ ਪਿਛਲੀ ਵਾਰ ਮੈਂ ਐਕਸਪੈਰੀਮੈਂਟ ਕਰਕੇ ਦੇਖਿਆ ਕਿ ਕੋਈ ਫਾਇਦਾ ਨਹੀਂ ਹੈਗਾ ਖਰਚਾ ਵਧਾਉਣ ਦਾ ਜਿਹੜਾ ਝਾੜਾ ਇਹ ਮੌਸਮ ਨੇ ਦੇਣਾ ਚਾਹੇ ਕਣਕ ਦਾ ਜੀਰੀ ਦਾ ਗੰਨੇ ਦਾ ਠੀਕ ਹੈ ਜੀ ਇਹ ਸਾਰਾ ਮੌਸਮ ਪਰ ਡਿਪੈਂਡ ਕਰਦਾ ਬੇਸ਼ੱਕ ਐਵੇਂ ਵੀ ਨਹੀਂ ਹੈਗਾ ਕਿ ਕੁਝ ਪਾਉਣਾ ਹੀ ਨਹੀਂ ਹੈਗਾ ਖੇਤ ਦੇ ਵਿੱਚ ਠੀਕ ਹੈ ਜ਼ਿੰਕ ਦੀ ਲੋੜ ਹੁੰਦੀ ਹੈ ਜੀਰੀ ਨੂੰ ਜ਼ਿਆਦਾ ਤੇ ਸਲਫਰ ਦੀ ਲੋੜ ਹੁੰਦੀ ਹੈ ਕਣਕ ਨੂੰ ਤੇ ਨਾਈਟ੍ਰੋਜਨ ਤਾਂ ਆਪਣੇ ਦੇਣੇ ਹੀ ਦੇਣਾ ਔਰ ਹਾਂ ਐਡ ਆਨ ਹੋਰ ਕਰ ਦਵਾ ਇਦੇ ਵਿੱਚ ਅੱਧਾ ਥੈਲਾ ਡਾਏ ਦਾ ਪਿਆ ਠੀਕ ਹੈ ਜੀ ਪਰ ਅਸੀਂ ਏਕੜ ਹਾਂ ਹੋਰ ਕੁਝ ਨਹੀਂ ਪਾਈ ਜਿਹੜੀ ਧੰਨਣ ਦੀ ਦਵਾਈ ਹੁੰਦੀ ਆ ਉਹ ਆਪਾਂ ਨੇ ਓਵਰਡੋਜ਼ ਕਰੀਆ ਮੰਨ ਕੇ ਚਲੋ ਕੰਪਨੀ 700 ਕਹਿੰਦੀ ਆ ਐਮ ਐਲ ਆਪਾਂ ਨੇ ਲੀਟਰ ਜਾਂ ਸਵਾ ਲੀਟਰ ਵੀ ਪਾਈ ਆ ਕਿਉਂਕਿ ਇੱਕ ਦੀ ਕੱਖ ਦਾ ਡਰ ਬਹੁਤ ਆ ਬਰਸਾਤਾਂ ਕਰਕੇ ਚੰਗੀ ਤਰ੍ਹਾਂ ਬਾਹ ਨਹੀਂ ਹੋਇਆ ਬਹੁਤ ਹੋਇਆ ਉਹਦੇ ਕਰਕੇ ਆਪਾਂ ਨੇ ਕਾਫੀ ਹਨਾ ਲੀਟਰ ਸਵਾ ਲੀਟਰ ਪਾਈ ਆ ਆ ਆਪਣੀ ਹਜੇ ਕੱਲ ਲਾਈ ਆ ਇਹਦੀ ਗ੍ਰੋਥ ਆਪਾਂ ਦੇਖਾਂਗੇ ਠੀਕ ਹੈ ਜੀ ਇਹ ਆ ਦਵੰਗ 55 ਇਹ ਵੀ ਇੰਨੇ ਕ ਦਿਨ ਲੰਦੀ ਆ ਠੀਕ ਹੈ ਜੀ 26 ਜਿੰਨੇ ਕ 26 ਫਿਰ ਵੀ ਕੱਟ ਲਾਉਣੀ ਸੀ ਪਰ ਲੱਗ ਗਈ ਜ਼ਿਆਦਾ ਰੱਕ ਵਿੱਚ ਕਿਉਂ ਕਿਉਂਕਿ ਮੈਂ ਤਾਂ ਡਰਦਾ ਕਿ ਫਾਲਸ ਮੱਟ ਬਹੁਤ ਪੈਂਦੀ ਹੈ ਕਈ ਵਾਰ ਸਪਰੇ ਕੋਪਰ ਦੀ ਕਰਾਉਣੀ ਪੈਂਦੀ ਆ ਠੀਕ ਹੈ ਜੀ ਉਹ ਲਵਾਈ ਹੈ ਜਿਹੜੀ ਚੰਗੀ ਵਧੀਆ ਹੋ ਗਈ ਹੈ ਨਾ ਲੇਟ ਜੇ ਉਹ ਮੰਨ ਕੇ ਚਲੋ ਅਗੇਤੀ ਵੀ ਨਹੀਂ ਨਾ ਪਛੇਤੀ ਆ ਕਿ ਠੀਕ ਲੱਗ ਗਈ ਥੋੜੀ ਜੀ ਹਜੇ ਹਫਤਾ ਹੀ ਅਗੇਤੀ ਲੱਗੀ ਆ ਜੇ ਕਿਤੇ ਆਹ ਟਾਈਮ ਉਹ ਲੱਗ ਜਾਂਦੀ ਜਿਹੜੀ ਉਹ ਟਾਈਮ ਲੱਗੀ ਹੈ 5 7 ਤਰੀਕ ਦੇ ਵਿੱਚ ਵਿੱਚ 10 ਤਰੀਕ ਦੇ ਨੇੜ ਤੇੜ ਤਾਂ ਝਾੜ ਹੋਰ ਵੀ ਕੁਇੰਟਲ ਦੋ ਕੁਇੰਟਲ ਵੱਜ ਜਾਂਦਾ ਪਰ ਚਲੋ ਕੋਈ ਨਹੀਂ ਮਜਬੂਰੀਆਂ ਤੀਆਂ ਆਪਾਂ ਨੇ ਕਰਤਾ ਹਨਾ ਚਲੋ ਗਾਂਹ ਵਾਲੀ ਵੀਡੀਓ ਚ ਮਿਲਦੇ ਆ ਦੱਸਾਂਗੇ ਹੁਣ ਜੂਰੀਆ ਅੱਜ ਜਾਂ ਕੱਲ ਨੂੰ ਮੌਸਮ ਦੇਖ ਕੇ ਪਾਈਏ ਠੀਕ ਹੈ ਜੀ ਸਾਰੇ ਖੇਤਾਂ ਚ ਧੰਨਵਾਦ